ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਜਿਸ ਟੌਪਿਕ ਅੰਮ੍ਰਿਤ ਇੱਕ ਪ੍ਰਣ ਤੇ ਵਿਚਾਰ ਸਾਂਝੇ ਕਰਨ ਜਾ ਰਹੇ ਹਾਂ ਕਈ ਸਿੱਖ ਅੰਮ੍ਰਿਤ ਨਹੀਂ ਛਕਦੇ ਉਹ ਦਰਦੇ ਹਨ ਕਿ ਉਹਨਾਂ ਖੋਲੋ ਅੰਮ੍ਰਿਤ ਦੀ ਬੇਅਦ ਵੀ ਹੋ ਜਾਵੇਗੀ ਇਹ ਉਹਨਾਂ ਦੀ ਪੁੱਲ ਹੈ ਹਰ ਇੱਕ ਧਰਮ ਵਿੱਚ ਦਾਖਲ ਹੋਣ ਵਾਸਤੇ ਪ੍ਰਣ ਲੈਣਾ ਪੈਂਦਾ ਹੈ ਅੰਮ੍ਰਿਤ ਸਿੱਖੀ ਵਿੱਚ ਦਾਖਲ ਹੋਣ ਵਾਸਤੇ ਪ੍ਰਣ ਲੈਣਾ ਹੀ ਹੈ ਇਸ ਦਾ ਅਰਥ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਤਾਰਨ ਕਰਨਾ ਤੇ ਪੰਜ ਪਿਆਰਿਆਂ ਵੱਲੋਂ ਦਿੱਤੀ ਗਈ ਰਹਿਤ ਮਰਿਆਦਾ ਤੇ ਚਲਣ ਦਾ ਪ੍ਰਣ ਲੈਣਾ ਇਹ ਪ੍ਰਣ ਕਰਨ ਵਾਲਾ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਨਹੀਂ ਕਰਦਾ ਹੈ ਤਰਨ ਤੇ ਸੁਚੀ ਤੇ ਸੱਚੀ ਤੇ ਸੁਚੀ ਕੀਰਤ ਕਰਦਾ ਹੈ ਲੋੜਵੰਦਾ ਨਾਲ ਵੰਦ ਕੇ ਛਕਦਾ ਹੈ ਉਹਨਾਂ ਦੀ ਸੇਵਾ ਕਰਦਾ ਹੈ ਉਹ ਸਰਬੱਤ ਦਾ ਭਲਾ ਮੰਗਦਾ ਹੈ ਪਾਂਚ ਕਕਾਰਾਂ ਦੀ ਵਰਦੀ ਤਾਰਨ ਪਾਂਚ ਕਕਾਰਾਂ ਦੀ ਵਰਦੀ ਤਾਰਨ ਕਰਕੇ ਪੰਥ ਪਰਿਵਾਰਕ ਸ਼ਾਮਲ ਹੁੰਦਾ ਹੈ ਜਿਹੜੇ ਸਿੱਖ ਅੰਮ੍ਰਿਤ ਨਹੀਂ ਚੱਕਦੇ ਉਹਨਾਂ ਬਾਰੇ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਹੈ ਤਰੇ ਕੇਸ ਪਾਹੂਲ ਬਿਨਾ ਪੇਖੀ ਮੂੜਾ ਸਿੱਖ ਮੇਰਾ ਦਰਸ਼ਨ ਨਹੀਂ ਤਿਸ ਪਾਪੀ ਤੇ ਅਗੇ ਪੇਖ ਇਸ ਦਾ ਅਰਥ ਹੈ ਕਿ ਜਿਸ ਨੇ ਕੇਸ ਤਾਂ ਰੱਖੇ ਹਨ ਪਰ ਅੰਮ੍ਰਿਤ ਨਹੀਂ ਛੱਕਿਆ ਉਹ ਸਿੱਖ ਨਹੀਂ ਉਹ ਸਿੱਖ ਹੋਣ ਦਾ ਨਾਟਕ ਕਰਦਾ ਹੈ ਗੁਰੂ ਜੀ ਕਹਿੰਦੇ ਹਨ ਮੈਂ ਅਜੇ ਇਹ ਚੌਥੇ ਬੰਦਿਆਂ ਨੂੰ ਦਰਸ਼ਨ ਨਹੀਂ ਦਿੰਦਾ ਜੇ ਅਸੀਂ ਅਜੇ ਅੰਮ੍ਰਿਤ ਨਹੀਂ ਛੱਕਿਆ ਤਾਂ ਸਾਨੂੰ ਇੱਕਦਮ ਤਿਆਰ ਹੋ ਕੇ ਅੰਮ੍ਰਿਤ ਛੱਕ ਲੈਣਾ ਚਾਹੀਦਾ ਹੈ ਤਾਂ ਹੀ ਅਸੀਂ ਗੁਰੂ ਜੀ ਦੇ ਸੱਚੇ ਸਿੱਖ ਅਖਵਾ ਸਕਦੇ ਹਾਂ ਆਓ ਅਸੀਂ ਅੱਜ ਪ੍ਰਣ ਲਈਏ ਕਿ ਅਸੀਂ ਅਮ੍ਰਿਤ ਛਕ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਬਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ